ਜਾਗ ਤੋਂ ਸ਼ਾਨ ਵੱਖਰੀ, ਰੰਗ ਨਵਾਂ ਹੈ ਉਹਦੇ ਜੰਕਾਰਿਆਂ ਤੇ, ਕਲਗੀ ਵਾਲੇ ਦੀ ਜੱਗ ਤੋਂ ਸ਼ਾਨ ਵੱਖਰੀ, ਰੰਗ ਨਵਾਂ ਹੈ ਉਹਦੇ ਜੈਕਾਰਿਆਂ ਤੇ, ਛੱਟੇ ਅੰਮ੍ਰਿਤ ਦੇ ਨੈਣਾ ਵਿੱਚ ਜਦੋਂ ਮਾਰੇ ਤੇ ਲਾਲੀ ਚੜ ਗਈ ਪੰਜਾ ਪਿਆਰਿਆਂ ਤੇ, ਸੇਜਾਂ ਮਖਮਲੀ ਸ਼ਰਮ ਵਿੱਚ ਡੁੱਬ ਮੋਈਆਂ, ਮਾਹੀ ਸੌਂ ਗਿਆ ਕੰਡੇ ਖਲਾਰਿਆਂ ਤੇ, ਉਹਦੇ ਨੈਣਾਂ ਵਿੱਚ ਪਿਆਰ ਦਾ ਹੜ ਵਗਦਾ, ਦਿਲਬਰ ਲੁੱਟਿਆ ਗਿਆ ਇਸ਼ਾਰਿਆਂ ਤੇ, ਦਿਲਬਰ ਲੁੱਟਿਆ ਗਿਆ ਇਸ਼ਾਰਿਆਂ ਤੇ, ਕਲਗੀ ਵਾਲੇ ਦੀ ਜੀਵਨਾ ਸਿਫਤ ਕਰਨੀ ਹੈ ਅੰਬਰੋਂ ਤੋੜਨਾ ਤਾਰਿਆਂ ਨੂੰ, ਕਲਗੀ ਵਾਲੇ ਦੀ ਜੀਵਨਾ ਸਿਫਤ ਕਰਨੀ ਹੈ ਅੰਬਰੋਂ ਤੋੜਨਾ ਤਾਰਿਆਂ ਨੂੰ, ਜਿੰਨੇ ਚੁੱਕ ਕੇ ਸ਼ਾਦੀ ਦੇ ਨਾਲ ਲਾਇਆ ਲੋਕਾਂ ਪੈਰਾਂ ਦੇ ਥੱਲੇ ਲਤਾੜਿਆਂ ਨੂੰ, ਹੋਏ ਉਹਨੇ ਸ਼ਹਿਨ ਸ਼ਾਹ ਦੇ ਨਾਲ ਸਾਵੇ ਕਰ ਦਿੱਤਾ ਝੂਰਾ ਨਾਈਆਂ ਤੇ ਸ਼ੀਂਬਿਆਂ ਸਾਰਿਆਂ ਨੂੰ, ਲੋਕ ਰਾਜ ਦੀ ਉਸ ਬੁਨਿਆਦ ਰੱਖੀ ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ, ਮਾਂ ਗੁਜਰੀ ਕਰਮਾ ਵਾਲੀ ਐ ਜਿਸ ਮਰਦ ਸੂਰਮਾ ਜਣਿਆ ਏ, ਨੇਕੀ ਦੀ ਖਾਤਰ ਲੜਦਾ ਰਿਹਾ ਮਾੜੇ ਦਾ ਹਾਮੀ ਬਣਿਆ ਏ, ਭਾਰੀ ਇੱਜ਼ਤ ਰਾਖੀ ਲੈਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ, ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ, ਗੁਜਰੀ ਕਰਮਾ ਵਾਲੀ ਐ ਜਿਸ ਮਰਦ ਸੂਰਮਾ ਜਣਿਆ ਏ, ਨੇਕੀ ਦੀ ਖਾਤਰ ਲੜਦਾ ਰਿਹਾ ਮਾੜੇ ਦਾ ਹਾਮੀ ਬਣਿਆ ਏ, ਭਾਰਤ ਦੀ ਇੱਜ਼ਤ ਰਾਖੀ ਲੈਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ, ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ, ਸਦਰਾਂ ਦੇ ਬਾਗ ਬਗੀਚੇ ਜੋ, ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ, ਲੈ ਆਇਆ ਕਿਰਨਾ ਨੂਰ ਦੀਆਂ ਫੁੱਲਾਂ ਤੇ ਯੋਬਨ ਛਾ ਗਏ ਸੀ, ਘਰ ਪਹੁੰਚੇ ਪੀਰ ਫਕੀਰਾਂ ਦੇ ਸੈਨਤ ਨਾਲ ਭਰਮ ਨਵਾਰ ਗਿਆ ਤਨ ਜਿਗਰਾ, ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ, ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ, ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਦੇ ਸਭ
ਕਰਨਾ ਤੇ ਜਦ ਵੇਖਿਆ ਜਲਵਾ ਸ਼ਿਵ ਦਤਨੀ ਤਰਸੀ ਤੁਰ ਗਿਆ ਚਰਨਾ ਦੇ। ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ੰਗਾਰ ਗਿਆ ਤਨ ਯਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਜਦ ਚੁੱਕੀ ਤੇ ਗਿਆ ਰੰਗੇ ਨੀ ਜਦ ਚੁੱਕੀ ਤੇ ਗਿਆ ਰੰਗੇ ਨੀ ਸਾ ਛਤਰੀਆਂ ਦੇ ਸੋਕ ਗਏ ਛੱਡ ਪੰਡਤ ਸੁਣੀ ਮੰਦਰਾਂ ਨੂੰ ਜਾ ਵਿੱਚ ਬਹਾਣਾ ਲੋਕ ਗਏ ਦੇਸੀ ਸੁਪਿਤਾ ਦਾ ਦਿੱਲੀ ਵਿੱਚ ਦੇਸੀ ਸੁਪਿਤਾ ਦਾ ਦਿੱਲੀ ਵਿੱਚ ਕਰ ਹਿੰਦੀਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਬਾਜ ਨਿਸ਼ਾਨੀ ਗੈਰਤ ਦੀ ਰਖਬਾਜ ਨਿਸ਼ਾਨੀ ਗੈਰਤ ਦੀ ਲਾ ਕਲਗੀ ਤਖਤ ਸਜਾਉਂਦਾ ਰਿਹਾ ਆਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀ ਸਚਕਾਉਂਦਾ ਰਿਹਾ ਛਕੇ ਅਮਰਤ ਮੁਰਦੇ ਜੀ ਪੈਂਦੇ ਕਿਤੜਾ ਤੋਂ ਸ਼ੇਰ ਵੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਜਦ ਵਜਦੀ ਚੋਟ ਨਗਾਰੇ ਤੇ ਕਈ ਭੀਮ ਚੰਦ ਜੇ ਸੜਦੇ ਰੇ ਸੁਣ ਸੁਣ ਕੇ ਗੂੰਜਾਂ ਪੰਥ ਦੀਆਂ ਦਿਲਿਓ ਵੀ ਯਾਬਰ ਚੜਦੇ ਰਹੇ ਤਾਂ ਦੇ ਦਾਵੇ ਕਰਦੇ ਹਰ ਕੋਈ ਤੈਥੋਂ ਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਅਮਰਤ ਦੀ ਜੀਵਨ ਸ਼ਕਤੀ ਨੇ ਅਮਰਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇੱਕ ਲੜਾ ਦਿੱਤਾ ਸੀ ਖਾਤਰ ਦੇਸ਼ ਆਜ਼ਾਦੀ ਦੀ ਪੁੱਤਰਾਂ ਦਾ ਨਿਉਂਦਾ ਪਾ ਦਿੱਤਾ। ਜਦ ਵੇਖਾ ਡੋਗਿਆ ਜੀ ਤੁੱਪਿਆ ਜਦ ਵੇਖਾ ਡੋਗਿਆ ਜੀ ਤੁੱਪਿਆ ਲਾਈ ਉਂਗਲ ਤੋੜ ਦੁਧਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਸੇਜਾਂ ਸੌਂਦਾਰ ਵਿੱਚ ਜੰਗਲੀ ਸ਼ਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ ਦੇ ਜਿਗਰੇ ਡੋਲੇ ਸੀ ਅੰਬਰ ਵੀ ਧਾਹਾਂ ਮਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਖਾਂਦੀ ਰਹੀ ਨਾ ਕਸਰ ਕੋਈ ਦੀ ਰਹੀ ਨਾ ਕਸਰ ਕੋਈ ਹੋ ਜਾ ਮਾਲੀ ਰੋਲੀ ਗਿਆ ਪੈਰਾਂ ਵਿੱਚ ਛਾਲੇ ਪੈ ਗਏ ਸੀ ਤਾਈਓ ਬਣੇ ਉੱਚਦਾ ਪੀਰ ਗਿਆ। ਭਾਰਤ ਦੀ ਇੱਜ਼ਤ ਬਚਾਵਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਦਰਦ ਕਹਾਣੀ ਨਿੱਕਿਆਂ ਦੀ ਜਦ ਦਰਦ ਕਹਾਣੀ ਨਿੱਕਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵੱਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ। ਹੁਣ ਜ਼ਾਲਮ ਦੀ ਜੜ ਪੁੱਟੀ ਜਾਉ ਹੁਣ ਜ਼ਾਲਮ ਦੀ ਜੜ ਪੁੱਟੀ ਜਾਉ ਹੱਸ ਕੇ ਬਚਨ ਉਚਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਭਾਰਤ ਦੀ ਮੁਰਦਾਰੂ ਅੰਦਰ
ਭਾਰਤ ਦੀ ਮੁਰਦਾਰੂ ਅੰਦਰ ਸੀ ਅਣਖ ਵੀਰਤਾ ਭਰ ਦਿੱਤੀ ਜਿਸ ਦੇ ਵੱਲ ਤੱਕਿਆ ਜੀ ਭਰ ਕੇ ਮਿੱਟੀ ਵੀ ਸੋਨਾ ਕਰ ਦਿੱਤੀ ਹੀ ਜੁੰਮੇ ਲੱਗਿਆ ਜੋ ਕਿਸ ਤਾਂ ਵਿੱਚ ਕਰਜ ਉਤਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਚੁੱਕਦੀ ਰਹੂ ਧਨ ਧਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਭਾਗੋ ਵਾਲੀ ਕਈ ਜੋਗਾ ਸਿੰਘ ਭਾਗੋ ਵਾਲੀ ਕਈ ਕਰ ਭਵ ਸਾਗਰ ਚੋ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਭਾਗਾਂ ਭਰੀ ਵਿਸਾਖੀਏ ਜੀ ਆਇਆ ਤੂੰ ਹੀ ਮੁਰਦਿਆਂ ਨੂੰ ਜੀਵਨ ਦਾਨ ਕੀਤਾ ਕਿਸੇ ਮਾਹੀ ਨੇ ਤੇਗ ਦੀ ਧਾਰ ਵਿੱਚੋਂ ਪੈਦਾ ਅੱਜ ਸੀ ਨਵਾਂ ਜਹਾਨ ਕੀਤਾ ਜ਼ਿਲ੍ਹਾ ਗੁਰਦਾਸਪੁਰ ਦੇ ਮਸ਼ਹੂਰ ਪਿੰਡ ਦੌਲਤਪੁਰ ਦੀ ਸਮੂਹ ਸਾਰੀ ਸੰਗਤ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਅੱਜ ਦੇ ਇਸ ਗੁਰਮਤਿ ਪ੍ਰਕਾਸ਼ ਗੁਰਮਤਿ ਸਮਾਗਮ ਦੌਰਾਨ ਮੌਕੇ ਦੇ ਮਾਲਕ ਨਿਮਾਣਿਆਂ ਦੇ ਮਾਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਇਕੱਤਰ ਹੋ ਕੇ ਬੈਠੇ ਸਤਿਕਾਰਯੋਗ ਖਾਲਸਾ ਜੀ ਸਭ ਤੋਂ ਪਹਿਲਾਂ ਆਪਣੇ ਦਿਲ ਦੀ ਸਾਂਝ ਹਿੰਦੁਸਤਾਨ ਦੀ ਤਕਦੀਰ ਦੇ ਨਿਰਮਾਤਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਾਲ ਜੋੜੋ ਆਪਣੀ ਅੰਤਰ ਆਤਮਾ ਤੋਂ ਅਸੀਸ ਦਿਓ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਿਮਾਣੇ ਦੇ ਜਥੇ ਵੱਲੋਂ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਲੱਖ ਲੱਖ ਸ਼ੁਕਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇਸ ਨਗਰ ਦੇ ਲੋਕਾਂ ਦੇ ਅੰਦਰ ਇਹ ਖਿਆਲ ਪੈਦਾ ਕੀਤਾ ਕੋਈ ਵੱਡਾ ਸਮਾਗਮ ਆਪਣੇ ਪਿੰਡ ਵਿੱਚ ਹੋਣਾ ਚਾਹੀਦਾ ਯਾਦ ਰੱਖੋ ਖਾਲਸਾ ਜੀ ਗਾਉਣ ਵਾਲੀਆਂ ਦੇ ਖਾੜੇ ਲਵਾਉਣੇ ਬੜੇ ਸੌਖੇ ਨੇ ਗਰਾਈਆਂ ਵੀ ਬਹੁਤ ਆ ਜਾਂਦੀਆਂ ਪਰ ਗੁਰਮਤਿ ਸਮਾਗਮ ਕਰਨੇ ਧਾਰਮਿਕ ਪ੍ਰੋਗਰਾਮ ਕਰਨੇ ਇਹ ਬੜੇ ਕਠਿਨ ਨੇ ਸੰਗਤ ਨੂੰ ਪ੍ਰੇਰਨਾ ਸੇਵਾ ਦੀਆਂ ਡਿਊਟੀਆਂ ਦੇਣੀਆਂ ਔਰ ਇਹ ਸਾਰੇ ਪ੍ਰਬੰਧ ਕੋਈ ਛੋਟੀ ਗੱਲ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੇਵਾ ਜਿਹੜੀ ਉਹ ਆਪ ਗਵਾ ਕੇ ਹੁੰਦੀ ਮਹਾਰਾਜ ਕਿਰਪਾ ਕਰ ਨਿਮਰਤਾ ਨਾਲ ਰਹਿਣਾ ਇਹ ਪ੍ਰਣ ਕਰਕੇ ਸੇਵਾ ਕਰਨ ਵਾਲੇ ਖੇਤਰ ਵਿੱਚ ਪੈਰ ਰੱਖਣਾ ਵੀ ਜੇ ਸੇਵਾ ਕਰਦਿਆਂ ਕਿਸੇ ਨੇ ਚੰਗਾ ਕਹਿਤਾ ਤਾਂ ਵੀ ਠੀਕ ਹੈ ਜੇ ਨਾ ਵੀ ਕਿਸੇ ਨੇ ਤਾਰੀਫ ਕੀਤੀ ਤੇ ਮਾੜਾ ਉਹਨੂੰ ਵੀ ਨਹੀਂ ਕਹਿਣਾ ਆਪ ਗਵਾਈਏ ਤਾਂ ਸੋ ਪਾਈਏ ਅਵਰ ਕੈਸੀ ਚਿਤਰਾਈ ਸੋ ਸੇਵਾ ਤੁਹਾਡੇ ਨਗਰ ਦਾ ਨਾਮ ਉੱਚਾ ਹੋਣਾ ਇਹ ਇਤਿਹਾਸਕ ਪਲ ਨੇ ਕਿੱਡੀਆਂ ਵੱਡੀਆਂ ਮਹਾਨ ਜਥੇਬੰਦੀਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹ ਆਪਣੇ ਰਜੇਵਿਆਂ ਚੋਂ ਸਮਾਂ ਕੱਢ ਕੇ ਇੱਥੇ ਦਰਸ਼ਨ ਦਾਰ ਕਰਨ ਵਾਸਤੇ ਆ ਰਹੇ ਨੇ ਬਹੁਤ ਹੀ ਸਤਿਕਾਰਯੋਗ ਔਰ ਦਮਦਮੀ ਟਕਸਾਲ ਦੇ ਪੁਰਾਣੇ ਮੋਢੀ ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਰਮਤਿ ਪ੍ਰਚਾਰ ਦੇ ਪੰਚਮ ਉੱਚੇ ਲਹਿਰਾਉਣ ਵਾਲੇ ਬਾਬਾ ਲੱਖਾ ਸਿੰਘ ਜੀ ਸਤਿਕਾਰਯੋਗ ਰਾਮ ਥਮਣ ਵਾਲੇ ਜਿਨ੍ਹਾਂ ਵਾਰੀ ਹੋਲੇ ਮਹੱਲੇ ਤੇ ਵੀ ਸੇਵਾ ਕਰ ਰਹੇ ਹਨ ਉਹ ਆਪਣੀਆਂ ਲਾਡਲੀਆਂ ਫੌਜਾਂ ਦੇ ਨਾਲ ਇੱਥੇ ਹਾਜ਼ਰੀ ਭਰ ਰਹੇ ਨੇ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰ ਰਹੇ ਨੇ ਪੰਥ ਦੇ ਸਰਮੌਰ ਜਥੇਦਾਰ ਬੜੀ ਚੜ੍ਹਦੀ ਕਲਾ ਵਾਲੇ ਰਹਿਣੀ ਕਹਿਣੀ ਤੇ ਬਹਿਣੀ ਦੇ ਪੂਰੇ ਕਹਿਣੀ ਕਥਨੀ ਦੇ ਸੂਰੇ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਬੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਬੜੇ ਨਿੱਗਰ ਸਿੱਟੇ ਉਹਨਾਂ ਦੇ ਮਿਹਨਤ ਦੇ ਨਿਕਲੇ ਨੇ ਮੇਰੀ ਮੁਰਾਦ ਹੈ ਬਾਬਾ ਦੀਪ ਸਿੰਘ ਜੀ ਉਹ ਆਪਣੇ ਦਲ ਸਮੇਤ ਸਾਡੇ ਕੋਲ ਪਹੁੰਚੇ ਨੇ ਧੰਨਵਾਦ ਹੈ ਸਰਦਾਰ ਸਤਨਾਮ ਸਿੰਘ ਜੀ ਰਿਆੜ ਬਹੁਤ ਹੀ ਉੱਚ ਕੋਟੀ ਦੇ ਅਫਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹ ਆਪਣੇ ਵੀਰਾਂ ਨੂੰ ਨਾਲ ਲੈ ਕੇ ਆਏ ਨੇ ਸਾਰੇ ਹੀ ਗੁਰੂ ਕੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਤੋਂ ਪਹਿਲਾਂ ਬਾਬਾ ਤਰਨਵੀਰ ਸਿੰਘ ਜੀ ਘੁੰਮਣਾ ਵਾਲੇ ਉਹ ਆਪ ਜੀ ਨਾਲ ਗੁਰੂ ਕੇ ਸ਼ਬਦ ਦੀ ਸਾਂਝ ਪਾ ਰਹੇ ਸਨ
ਆਪਾਂ ਵੀ ਉੱਥੇ ਜਾ ਕੇ ਸਮਾਂ ਲਾਉਣਾ ਹੈ। ਆਓ ਜਿਹੜਾ 45 ਮਿੰਟ ਦਾ ਸਮਾਂ ਮਿਲਿਆ ਇਹਨੂੰ ਸਫਲ ਕਰੀਏ। ਇੱਕ ਵਾਰੀ ਉੱਚੀ ਅਡਾਰੀ ਭਰਦਿਆਂ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ ਉਹਨਾਂ ਵਾਸਤੇ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਤੇ ਥੋੜੀ ਜਿਹੀ ਖੇਚਲ ਕਰਿਓ ਤੇ ਆਪਾਂ ਆਪਣਾ ਪ੍ਰਕਰਨ ਜਿਹੜਾ ਹੈ ਉਹ ਆਰੰਭ ਕਰੀਏ। ਸਾਰੀ ਸੰਗਤ ਮਿਲ ਕੇ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਦਿਲੋਂ ਇੱਕ ਵਾਰੀ ਅਰਦਾਸ ਕਰਦਿਆਂ ਹੋਇਆ ਆਖੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਲਾ, ਇਹ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜਿਹੜਾ ਗੁਣ ਗਾਇਣ ਹੋ ਰਿਹਾ ਹੈ, ਜਿਹੜੀ ਸੁਖ ਸਲਾਹ ਤੇਰੀ ਹੋ ਰਹੀ ਹੈ, ਇਹਦਾ ਫਲ ਸਮੁੱਚੀ ਕਾਇਨਾਤ ਨੂੰ ਬਖਸ਼ਣਾ, ਕਿਉਂਕਿ ਕਲਯੁਗ ਦਾ ਬੜਾ ਘੋਰ ਪਹਿਰਾ ਚੱਲ ਰਿਹਾ ਹੈ। ਜਿੰਨੇ ਹੀ ਵੀ ਗੁਰਮਤਿ ਸਮਾਗਮ ਕੀਤੇ ਜਾਣ ਓਨੇ ਹੀ ਘੱਟ ਹੈ। ਸਾਡੀ ਬਿਰਤੀ ਜਿਹੜੀ ਹੈ ਜ਼ਹਿਰ ਵਾਲੇ ਪਾਸੇ ਬੜੀ ਛੇਤੀ ਦੌੜਦੀ ਹੈ, ਅਮਰ ਦੇ ਵਪਾਰੀ ਘੱਟ ਮਿਲਦੇ ਨੇ। ਯਾਦ ਰੱਖੋ, ਜਦੋਂ ਆਪਣੀ ਤਰੱਕੀ ਤੇ ਮਨ ਖੁਸ਼ ਹੁੰਦਾ ਹੋਵੇ, ਕਿਸੇ ਦੀ ਤਰੱਕੀ ਨੂੰ ਵੇਖ ਕੇ ਸੜਦਾ ਹੋਵੇ, ਸਮਝੋ ਮਨ ਰੋਗੀ ਹੈ। ਜਦੋਂ ਨਿੰਦਿਆ ਚੁਗਲੀ ਕਰਦਿਆਂ ਸਮੇਂ ਦੇ ਪਤਾ ਹੀ ਨਾ ਲੱਗੇ ਤੇ ਸਤਸੰਗਤ ਵਿੱਚ ਬਹਿਣ ਨੂੰ ਚਿੱਤ ਨਾ ਕਰੇ, ਸਮਝੋ ਮਨ ਰੋਗੀ ਹੈ। ਗੁਟਕਾ ਗੁਰਬਾਣੀ ਦਾ ਹੱਥ ਵਿੱਚ ਹੋਵੇ, ਚਿੱਤ ਕਿਸੇ ਹੋਰ ਪਾਸੇ ਦੌੜਦਾ ਹੋਵੇ, ਸਮਝੋ ਮਨ ਰੋਗੀ ਹੈ। ਇਹ ਰੋਗੀ ਮਨ ਨੂੰ ਅਰੋਗ ਕਰਨ ਵਾਸਤੇ ਇੱਕੋ ਹੀ ਦਾਰੂ ਹੈ, ਨਾਮ ਦਾ ਦਾਰੂ, ਅਮਰ ਦਾ ਦਾਰੂ, ਜਿਸ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਪ੍ਰਬੰਧਕਾਂ ਨੇ, ਸਰਦਾਰ ਮਿੱਤਰਪਾਲ ਸਿੰਘ ਜੀ ਸਰਪੰਚ ਸਾਹਿਬ, ਸਰਦਾਰ ਨਰਵੈਰ ਸਿੰਘ ਜੀ ਬੰਬਈ ਵਾਲੇ, ਜਿਹਨਾਂ ਕੋਲ ਦੋ ਵਾਰੀ ਜਾ ਕੇ ਹਾਜ਼ਰੀ ਲਵਾਏ, ਹੁਣ ਬਾਬਾ ਬਲਜੀਤ ਸਿੰਘ ਜੀ ਖਾਲਸਾ ਸਾਹਿਬ ਹੁਣੇ ਪ੍ਰੋਗਰਾਮ ਉੱਥੋਂ ਕਰਕੇ ਆਏ ਨੇ, ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆਓ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਨਵੇਂ ਇਨਕਲਾਬ ਦੀ ਨੀਂਹ ਰੱਖ ਦਿੱਤੀ। ਜਿਹੜੇ ਲੋਕ ਤਲਵਾਰਾਂ ਨੂੰ ਵੇਖ ਕੇ ਸਿਰ ਨੀਵਾਂ ਕਰਕੇ ਬਹਿ ਜਾਂਦੇ ਸਨ, ਉਹ ਤਲਵਾਰਾਂ ਦੀਆਂ ਧਾਰਾਂ ਤੇ ਨੱਚਣ ਵਾਸਤੇ ਤਿਆਰ ਹੋ। ਕਈ ਲੋਕ ਪੁੱਛਦੇ, ਅੰਮ੍ਰਿਤ ਨੇ ਦਿੱਤਾ ਕੀ? ਸਾਡਾ ਜਵਾਬ ਹੈ, ਦਲੇਰੀ, ਅਣਖ, ਗੈਰਤ ਤੇ ਜਿਉਣ ਦਾ ਜਜ਼ਬਾ। ਔਰ ਇੱਕ ਐਸਾ ਸਾਧੂ ਜਿਹੜਾ ਰਿਧੀਆਂ ਸਿੱਧੀਆਂ ਨੂੰ, ਕਰਾਮਾਤਾਂ ਨੂੰ ਆਪਣੇ ਜੀਵਨ ਦਾ ਮਨੋਰਥ ਸਮਝ ਕੇ ਉਹ ਸਮਝੀ ਬੈਠਾ ਸੀ ਵੀ ਮੇਰੇ ਨਾਲੋਂ ਉੱਚਾ ਕੋਈ ਨਹੀਂ। ਅੰਮ੍ਰਿਤ ਦੀ ਧਾਰਾ ਨੇ ਉਹਦਾ ਜੀਵਨ ਪਲਟ ਦਿੱਤਾ ਤੇ ਉਹਦੇ ਕੋਲੋਂ ਖਾਲਸਾ ਰਾਜ ਦਾ ਪੰਚਮ ਲਹਿਰਾ ਦਿੱਤਾ। 4 ਸਤੰਬਰ 1708 ਈਸਵੀ ਬੁੱਧਵਾਰ ਦਾ ਦਿਨ ਤੇ ਸੂਰਜ ਨੂੰ ਗ੍ਰਹਿਣ ਲੱਗਾ ਹੋਇਆ ਸੀ, ਜਿੱਦਣ ਸੱਚੇ ਪਾਤਸ਼ਾਹ ਮਹਾਰਾਜ ਨੰਦੇੜ ਗਏ। ਮਾਧੋ ਦਾਸ ਬਰਾਗੀ ਦੇ ਆਸ਼ਰਮ ਵਿੱਚ ਜਾ ਕੇ ਟਿਕਾਣਾ ਕੀਤਾ। ਉਸ ਵਕਤ ਇਹ ਜੋਗੀ ਆਪਣੀ ਸਾਧਨਾ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਜੰਗਲ ਵਿੱਚ ਜਾ ਕੇ ਅਭਿਆਸ ਕਰ ਰਿਹਾ ਸੀ। ਮਹਾਰਾਜੇ ਦੇ ਪਲੰਘ ਤੇ ਬਹਿ ਗਏ ਸਿੰਘਾਂ ਨੇ ਖਾਲਸੀ ਰਵਾਇਤ ਮੁਤਾਬਕ ਲੰਗਰ ਬਣਾਇਆ। ਕੋਈ ਸੁਖਮਨੀ ਸਾਹਿਬ ਪਾਠ ਪੜ੍ਹਨ ਲੱਗ ਪਿਆ, ਕੋਈ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ। ਮਾਧੋ ਦਾਸ ਦੇ ਚੇਲੇ ਸ਼ਸਤਰਧਾਰੀ ਸਿੰਘਾਂ ਨੂੰ ਵੇਖ ਕੇ ਜੰਗਲ ਵਿੱਚ ਗਏ। ਉਹਨਾਂ ਨੇ ਜਾ ਕੇ ਆਖਿਆ, ਮਾਧੋ ਦਾਸ, ਤੂੰ ਇੱਥੇ ਯੋਗ ਅਭਿਆਸ ਵਿੱਚ ਲੱਗਾ ਹੋਇਆ, ਤੇਰੇ ਡੇਰੇ ਤੇ ਕਿਸੇ ਹੋਰ ਦਾ ਕਬਜ਼ਾ ਹੋ ਗਿਆ। ਮਾਧੋ ਦਾਸ ਕਹਿੰਦਾ, ਕੌਣ ਜਿਹੜਾ ਮੇਰੇ ਡੇਰੇ ਤੇ ਕਬਜ਼ਾ ਕਰਕੇ ਬਹਿ ਗਿਆ? ਉਹਨਾਂ ਆਖਿਆ, ਤੇਰੇ ਪਲੰਘ ਉੱਤੇ ਇੱਕ ਮਹਾਤਮਾ ਬਹਿ ਗਿਆ ਜਿਹਦੇ ਕੋਲ 250 ਚੇਲੇ ਨੇ ਤੇ ਉਹਨਾਂ ਦੇ ਅੱਗੇ ਸਾਡੀ ਪੇਸ਼ ਕੋਈ ਨਹੀਂ ਗਈ। ਮਾਧੋ ਦਾਸ ਕਹਿੰਦਾ, ਮੈਨੂੰ ਦੱਸ ਸਕਦੇ ਜਿਹੜਾ ਮੇਰੇ ਪਲੰਘ ਤੇ ਬੈਠਾ ਉਹਨੇ ਚੋਲਾ ਕਿੱਦਾਂ ਦਾ ਪਾਇਆ, ਉਹਨੇ ਧੋਤੀ ਕਿੱਦਾਂ ਦੀ ਲਾਈ ਹੈ, ਉਹਦੀਆਂ ਜੜਾਵਾਂ ਕਿਹੋ ਜਿਹੀਆਂ, ਉਹਦੀਆਂ ਖੜਾਵਾਂ ਕਿਹੋ ਜਿਹੀਆਂ, ਉਹਦੀ ਮਾਲਾ ਕਿਸ ਤਰ੍ਹਾਂ ਦੀ ਹੈ, ਉਹਨੇ ਤਿਲਕ ਕਿੱਦਾਂ ਦਾ ਲਾਇਆ, ਉਹ ਬੋਲੀ ਕਿਸ ਤਰ੍ਹਾਂ ਦੀ ਬੋਲਦਾ। ਚੇਲੇ ਹੱਸ ਕੇ ਕਹਿੰਦੇ, ਮਾਧੋ ਦਾਸ, ਜੜਾਵਾਂ ਵਾਲੇ ਤੇ ਖੜਾਵਾਂ ਵਾਲੇ, ਧੋਤੀਆਂ ਵਾਲੇ ਬੜੇ ਆਏ ਤੇ ਤੇਰੇ ਕੋਲੋਂ ਹਾਰ ਮੰਨ ਕੇ ਤੁਰ ਗਏ, ਪਰ ਅੱਜ ਜਿਹੜਾ ਤੇਰੇ ਪਲੰਘ ਤੇ ਬੈਠਾ ਸੱਚ ਜਾਣੀ, ਜਦੋਂ ਉਹਦੇ ਚਿਹਰੇ ਵੱਲ ਵੇਖੀਦਾ ਉਹਦੇ ਵਿੱਚ ਤੇ ਖਦਾ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਆਖੋ ਸਪਨਾ, ਖੁੱਲਾ ਪ੍ਰਕਾਸ਼ ਦੜ ਹੈ, ਸੀਸ ਤੇ ਦਸਤਾਰ, ਦਸਤਾਰ ਤੇ ਲੋਹੇ ਦੇ ਚੱਕਰ, ਚੱਕਰਾਂ ਵਿੱਚ ਦੀ ਸਜੀ ਕਲਗੀ ਜਦੋਂ ਪੌਣ ਦੇ ਬੁੱਲੇ ਨਾਲ ਹਿੱਲਦੀ ਹੈ ਤੇ ਨੂਰ ਦੀ ਬਰਸਾਤ ਹੁੰਦੀ ਹੈ। ਗਾਤਰੇ ਤਲਵਾਰ ਹੈ, ਮੋਢੇ ਤੀਰਾਂ ਦਾ ਪੱਥਾ, ਉਹਦੇ ਸਾਰੇ ਹੀ ਚੇਲੇ 6-6 ਫੁੱਟ ਜਵਾਨ ਨੇ, ਹੱਥਾਂ ਵਿੱਚ ਨੇਜੇ ਨੇ, ਜਦੋਂ ਘੂਰ ਕੇ ਵੇਂਦੇ ਨੇ ਜਾਨ ਹੀ ਕੱਢ ਲੈਂਦੇ ਨੇ। ਇਸ ਕਰਕੇ ਐਵੇਂ ਕਿਤੇ ਪਹਿਲੇ ਭਾਅ ਵਿੱਚ ਨਾ ਚੱਲਿਆ ਜਾਈ ਡੇਰੇ, ਜਰਾ ਕੁ ਸੋਚ ਕੇ ਜਾਈ। ਮਾਧੋ ਦਾਸ ਬਰਾਗੀ ਸੁਣ ਰਿਹਾ, ਉਹਦੇ ਚੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਣ ਪਛਾਣ ਜਿਵੇਂ ਤੁਰ ਆ ਰਹੇ ਨੇ,
ਭਾਗੋ ਵਾਲੀਆਂ ਦਾ ਕਵੀਸ਼ਰ ਜੱਥਾ ਉਸ ਵਕਤ ਦੀ ਤਸਵੀਰ ਨੂੰ ਇਉਂ ਕਹਿ ਰਿਹਾ ਸਾਡੀ ਸੁਣ ਸੱਚੀ ਸਰਕਾਰ ਪਾਣਾ ਵਰਤਿਆ ਵੇਖ ਅਜੀਬ ਕੀ ਪਾਣਾ ਵਰਤਿਆ ਵੇਖ ਅਜੀਬ ਕੀ ਜਾ ਕੇ ਲੈ ਡੇਰੇ ਦੀ ਸਾਰਾ ਤੇਰੇ ਆਸਣੇ ਉੱਤੇ ਬਹਿ ਗਿਆ ਤੇਰੇ ਆਸਣੇ ਉੱਤੇ ਬਹਿ ਗਿਆ ਕੋਈ ਆਣ ਚੌਂਕੜਾ ਮਾਰ ਚਿਹਰਾ ਸੂਰਜ ਵਾਂਗੂ ਚਮਕਦਾ ਨੈਣੀ ਦੱਸਦੀ ਝਲਕ ਪਿਆਰ ਦੀ ਸੋਹਣੀ ਸੀਸ ਬਤੀਤ ਸਤਾਰ ਐਸਾ ਸਾਧ ਅੱਗੇ ਨਾ ਵੇਖਿਆ ਐਸਾ ਸਾਧ ਅੱਗੇ ਨਾ ਵੇਖਿਆ ਮੁੱਛਾਂ ਕੁੰਡੀਆਂ ਭਰਵੇਂ ਦਾੜੇ ਮੁੱਛਾਂ ਕੁੰਡੀਆਂ ਸਭਨਾ ਕੋਲ ਜੰਗੀ ਹਥਿਆਰ ਸਾਨੂੰ ਘੂਰ ਘੂਰ ਕੇ ਵੇਖਦੇ ਸਾਨੂੰ ਘੂਰ ਘੂਰ ਕੇ ਵੇਖਦੇ ਕਰਕੇ ਵੱਢਦੇ ਉਹਨਾਂ ਇੱਕ ਕਰਕੇ ਵੱਢਦੇ ਜਾਨਵਰ ਭੇਡ ਚੜੇ ਦਰਬਾਰ ਕਰਕੇ ਭੰਗ ਮਰਿਆਦਾ ਅਸਾਨੀ ਕਰਕੇ ਭੰਗ ਮਰਿਆਦਾ ਅਸਾਨੀ ਆਪੇ ਬਣ ਗਿਆ ਖੁਦ ਮੁਖਤਿਆਰ ਇਹ ਕੀ ਗਜਬ ਖੁਦਾ ਦਾ ਹੋ ਗਿਆ ਇਹ ਕੀ ਗਜਬ ਖੁਦਾ ਦਾ ਹੋ ਗਿਆ ਕਬਜ਼ਾ ਕਰਕੇ ਬਹਿ ਗਿਆ ਸਾਡਾ ਦਿਲ ਚੋ ਖੋਫ ਵਸਾਰ ਸਾਡਾ ਸਭ ਕੁਝ ਖੂਹ ਵਿੱਚ ਪੈ ਗਿਆ ਸਾਡਾ ਸਭ ਕੁਝ ਖੂਹ ਵਿੱਚ ਪੈ ਗਿਆ ਕੀਤੀ ਭਗਤੀ ਪਰ ਉਪਕਾਰ ਤੁਹਾਡੀ ਅਜ਼ਮਤ ਉੱਤੇ ਦਾਗ ਹੈ ਤੁਹਾਡੀ ਅਜ਼ਮਤ ਉੱਤੇ ਦਾਗ ਹੈ ਮਨਾਈਏ ਆਪਣੀ ਉਹਨੂੰ ਈਨ ਮਨਾਈਏ ਆਪਣੀ ਕਰਕੇ ਕਰਾਮਾਤ ਦਾ ਵਾਰ ਭਾਗੋ ਵਾਲੀਆ ਅੱਗੇ ਵੇਖ ਤੂੰ ਵਾਲੀਆ ਅੱਗੇ ਵੇਖ ਤੂੰ ਕਰਦੇ ਕੀ ਜੋ ਜੀ ਅਵਤਾਰ ਸਭ ਸੰਗਤ ਕਹਿ ਦਿਓ ਵਾਹਿਗੁਰੂ ਕਰਮਾ
ਕਿਸਾਨ ਯੂਨੀਅਨ ਦੇ ਉੱਘੇ ਨੇਤਾ ਬਾਜਵਾ ਸਾਹਿਬ, ਸਗਦੀ ਉਮਰ ਦਾ ਸਾਧੂ, ਗੋਰਾ ਰੰਗ ਛਾਂਟਵਾ ਸਰੀਰ, ਪੈਰੀ ਖੜਾਵਾ, ਕਾਲੀ ਕਾਲੀ ਆਪਣੇ ਡੇਰੇ ਵੱਲ ਗਿਆ। ਮਹਾਰਾਜ ਦੇ ਦਰਸ਼ਨ ਦਰ ਕਰਕੇ ਉਹਨੇ ਆਪਣੀ ਸਾਰੀ ਯੋਗ ਸਾਧਨਾ ਝੋਕ ਛੱਡੀ, ਪਰ ਕੋਈ ਉਹਦਾ ਵਾਰ ਨਾ ਚੱਲਿਆ। ਅਖੀਰ ਮਹਾਰਾਜ ਦੇ ਚਰਨਾਂ ਤੇ ਝੁੱਕ ਕੇ ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕੌਣ ਜੇ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ, ਆਪਣੀ ਆਤਮਾ ਤੋਂ ਪੁੱਛ, ਤੂੰ ਸਾਨੂੰ ਜਾਣਦਾ? ਕਹਿੰਦਾ, ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਬਿਲਕੁਲ ਠੀਕ। ਕਹਿੰਦਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਮੈਂ ਪੁੱਛਣਾ ਚਾਹੁੰਦਾ, ਪੰਜਾਬ ਦੀ ਧਰਤੀ ਤੋਂ ਚੱਲ ਕੇ ਕਈਆਂ ਸਟੇਟਾਂ ਥਾਣੀ ਲੰਘ ਕੇ ਮਹਾਰਾਸ਼ਟਰ ਦੀ ਧਰਤੀ ਤੇ ਨੰਦੇੜ ਮੇਰੇ ਆਸ਼ਰਮ ਵਿੱਚ ਕੀ ਕਰਨ ਆਏ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰੂ ਨਾਨਕ ਦੇ ਦਰ ਦੀ ਡਿਊਟੀ ਲੱਗੀ ਹੈ, ਜਿਹੜੇ ਰਾਹ ਕਿਰਾਏ ਪੈ ਜਾਣ ਉਹਨਾਂ ਨੂੰ ਸਿੱਧੇ ਰਾਹ ਤੇ ਲਿਆਂਦਾ ਜਾਂਦਾ, ਤੈਨੂੰ ਆਪਣਾ ਬੰਦਾ ਬਣਾਉਣ ਵਾਸਤੇ ਆਏ। ਮਹਾਰਾਜ, ਮੈਂ ਬੰਦਾ ਬਣਨ ਵਾਸਤੇ ਤਿਆਰ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੈਂ ਇੰਨੀਆਂ ਰਿਧੀਆਂ ਸਿੱਧੀਆਂ ਦਾ ਮਾਲਕ, ਇੰਨੀਆਂ ਤਰ੍ਹਾਂ ਮਾਤਾਂ ਦਾ ਮਾਲਕ, ਇੰਨੇ ਵੀਰ ਵਸ ਕੀਤੇ, ਪਰ ਮੇਰਾ ਕੋਈ ਵੀ ਵਾਰ ਤੁਹਾਡੇ ਤੇ ਚੱਲ ਨਹੀਂ ਸਕਿਆ, ਇਹਦਾ ਕਾਰਨ ਕੀ ਹੈ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ, ਯਾਦ ਰੱਖ, ਤੂੰ ਅਜੇ ਅਧੂਰਾ। ਕਹਿੰਦਾ, ਮਹਾਰਾਜ ਸਾਰੀ ਜ਼ਿੰਦਗੀ ਸੰਜਮ ਵਿੱਚ ਗੁਜ਼ਾਰੀ ਤੇ ਤਿੰਨ ਗੁਰੂ ਹੁਣ ਤੱਕ ਮੈਂ ਧਾਰਨ ਕਰ ਚੁੱਕਿਆ, ਤੇ ਜੇ ਚਾਹਾਂ ਤੇ ਮੀਂਹ ਪਵਾ ਸਕਦਾ, ਬੜੀਆਂ ਮੇਰੇ ਕੋਲ ਕਲਾ ਮਾਤਾ ਨੇ, ਮੈਂ ਫਿਰ ਵੀ ਅਧੂਰਾ, ਤੇ ਫਿਰ ਪੂਰਾ ਕੌਣ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਯਾਦ ਰੱਖ, ਇੱਕ ਤੇ ਉਹ ਪਰਮੇਸ਼ਰ ਪੂਰਾ ਹੈ ਜਿਨੇ ਧਰਤੀ ਆਕਾਸ਼ ਚੰਨ ਸੂਰਜ ਤਾਰੇ ਨਦੀਆਂ ਨਾਲੇ ਖੰਡ ਬ੍ਰਹਿਮੰਡ ਸਾਜੇ। ਉਹ ਪਤਾ ਨਹੀਂ ਕਿੱਥੇ ਰਹਿੰਦਾ, ਆਪਣੇ ਆਪ ਤੋਂ ਸਾਜ ਕੇ ਸਾਰੇ ਸੰਸਾਰ ਨੂੰ, ਉਹ ਪਰਮੇਸ਼ਰ ਸ਼ਕਤੀ ਪੂਰੀ ਹੈ। ਤੇ ਮਹਾਰਾਜ ਕਹਿੰਦੇ, ਦੂਜਾ ਖਾਲਸਾ ਪੂਰਾ, ਜਿਹੜਾ ਉਸ ਪਰਮੇਸ਼ਰ ਦੀ ਮੌਜ ਵਿੱਚ ਸਾਜਿਆ ਗਿਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਕਾਲ ਪੁਰਖ ਕੀ ਫੌਜ, ਸਰਬਲੋਕ ਗ੍ਰੰਥ ਵਿੱਚ ਲਿਖਿਆ ਹੋਇਆ। ਮਹਾਰਾਜ, ਫਿਰ ਖਾਲਸਾ ਪੂਰਾ ਤੇ ਮੈਨੂੰ ਖਾਲਸੇ ਦੇ ਮੈਂਬਰ ਬਣਾ ਸਕਦੇ? ਮਹਾਰਾਜ ਕਹਿੰਦੇ, ਕਿਉਂ ਨਹੀਂ, ਪਹਿਲਾਂ ਜੀਵਨ ਛੱਡ ਤੇ ਤਿਆਰ ਹੋ ਅੰਮ੍ਰਿਤ ਛਕਣ ਵਾਸਤੇ। ਮਹਾਰਾਜ, ਅੰਮ੍ਰਿਤ ਛਕਣ ਵਾਸਤੇ ਕੀ? ਪਾਤਸ਼ਾਹ ਕਹਿੰਦੇ, ਆਪਣਾ ਆਪ ਸਮਰਪਿਤ ਕਰਨਾ ਪੈਂਦਾ। ਇਤ ਮਾਰਗ ਪੈ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਤਿਹਾਸ ਕਹਿੰਦਾ ਵੀ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਜੀ ਆਪ ਸ਼ਾਮਿਲ ਹੋਏ। ਯਾਦ ਰੱਖੋ, 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ, ਪਰ ਇਸ ਦਿਨ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਨੇ ਆਪ ਅੰਮ੍ਰਿਤ ਛਕ ਲਿਆ, ਜਦੋਂ ਵੀ ਕਿਤੇ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੁੰਦਾ, ਮਹਾਰਾਜ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਰਹੇ, ਬਾਅਦ ਵਿੱਚ ਗੁਰੂ ਵਜੋਂ ਵੀ ਸੇਵਾ ਕਰਦੇ ਰਹੇ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਵਿਖਾਇਆ। ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਵੀ ਇਹਦੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਭਗਵਾਨ ਕ੍ਰਿਸ਼ਨ ਨੇ ਕਿਸੇ ਹਿੰਦੂ ਨੂੰ ਨਹੀਂ ਕਿਹਾ, ਭਗਵਾਨ ਰਾਮ ਚੰਦਰ ਜੀ ਨੇ ਕਿਸੇ ਨੂੰ ਨਹੀਂ ਕਿਹਾ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਮੁੰਦਰ ਵਰਗਾ ਦਿਲ ਆਪਣੇ ਹੱਥੀ ਅੰਮ੍ਰਿਤ ਛਕਾਇਆ, ਉਹਨਾਂ ਤੋਂ ਆਪ ਛਕਿਆ। ਤੇ ਜਦੋਂ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹਦੇ ਵਿੱਚ ਰਹੱਸ, ਤੇ ਮਹਾਰਾਜ ਕਹਿੰਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਮੈਂ ਇਹਨਾਂ ਵਿੱਚ। ਏਡੀ ਵੱਡੀ ਦਰਿਆਦਲੀ ਕਿਸੇ ਪੈਗੰਬਰ ਨੇ ਵਿਖਾਈ ਨਹੀਂ। ਅੰਮ੍ਰਿਤ ਛਕਾਇਆ, ਇਹਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ। ਪਰ ਯਾਦ ਰੱਖੋ, ਪੰਜਾਬ ਤੋਂ ਬਾਹਰ ਕੁਝ ਐਸੀਆਂ ਜਥੇਬੰਦੀਆਂ ਨੇ, ਫਿਰਕੂ ਤਾਕਤਾਂ, ਜਿਨ੍ਹਾਂ ਦਾ ਰਿਮੋਟ ਕੰਟਰੋਲ ਬਾਲ ਠਾਕਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਹੈ, ਉਹ ਇਹ ਪ੍ਰਚਾਰ ਕਰਦੀਆਂ ਵੀ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ। ਹਿੰਦੀ, ਫਾਰਸੀ, ਉਰਦੂ ਤੇ ਪੰਜਾਬੀ ਤੇ ਅੰਗਰੇਜ਼ੀ ਦੀਆਂ 27 ਕਿਤਾਬਾਂ ਇਹ ਗੱਲ ਦੀ ਗਵਾਹੀ ਭਰਦੀਆਂ ਵੀ ਉਹ ਅੰਮ੍ਰਿਤ ਛਕਿਆ, ਸਿੰਘ ਸਜਿਆ ਤੇ ਬੇਅੰਮ੍ਰਿਤੀ ਇਹਦੇ ਹੱਥ ਮਹਾਰਾਜ ਨਿਸ਼ਾਨ ਨਹੀਂ ਸੀ ਦੇ ਸਕਦੇ, ਮੁੱਕ ਦੀ ਗੱਲ। ਇਹਨੂੰ ਅੰਮ੍ਰਿਤ ਛਕਾਇਆ, ਸਿੰਘ ਸਜਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹਦਾ ਲਹੂ ਫੜਕਿਆ। ਕਹਿੰਦਾ, ਮਹਾਰਾਜ ਉਹ ਕਚਹਿਰੀਆਂ ਢਾ ਦਈਏ ਜਿਨ੍ਹਾਂ ਕਚਹਿਰੀਆਂ ਤੇ ਜ਼ੁਲਮੀ ਫਤਵੇ ਲੱਗਦੇ।
ਮਹਾਰਾਜ ਵਜ਼ੀਰ ਖਾਨ ਵਰਗੇ ਜ਼ਾਲਮਾਂ ਨੂੰ ਮਾਰ ਕੇ ਕਿਸੇ ਨਵੇਂ ਰਾਜ ਦੀ ਨਹੀਂ ਰੱਖੀਏ। ਮਹਾਰਾਜ ਕਹਿੰਦੇ ਡਿਊਟੀ ਤੇ ਇੱਥੋਂ ਲੈ ਲੈਣੇ। ਯਾਦ ਰੱਖੋ, ਵਕਤ ਦਾ ਪੋਲੀਟੀਕਲ ਆਦਮੀ ਮਹਾਰਾਜ ਕੋਲੋਂ ਆਪਣਾ ਫਾਇਦਾ ਲੈ ਕੇ ਮੁੱਕਰ ਗਿਆ ਸੀ। ਪੋਲੀਟੀਕਲ ਲੋਕਾਂ ਦਾ ਧਰਮ ਹੈ, ਜਦੋਂ ਕੁਰਸੀ ਹੇਠ ਨਾ ਹੋਵੇ ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ, ਜਦੋਂ ਉਹਨਾਂ ਕੋਲ ਤਾਕਤ ਹੋਵੇ ਉਹਨਾਂ ਦਾ ਰੰਗ ਹੋਰ ਹੋ ਜਾਂਦਾ। ਮਹਾਰਾਜ ਨੇ ਆਖਿਆ, ਉਹ ਬਹਾਦਰ ਸ਼ਾਹ ਤੂੰ ਮੁੱਕਰ ਗਿਆ ਤੇ ਫਿਰ ਕੀ ਹੋਇਆ? ਜਿਹੜਾ ਕੰਮ ਤੂੰ ਨਹੀਂ ਕਰ ਸਕਿਆ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦਿਆਂਗੇ। ਮਹਾਰਾਜ ਨੇ ਬੰਦਾ ਸਿੰਘ ਨੂੰ ਨਿਸ਼ਾਨ ਦਿੱਤਾ, ਹੁਕਮਨਾਮੇ ਦਿੱਤੇ, ਨਾਲ ਬਾਬਾ ਵਿਨੋਦ ਸਿੰਘ, ਰਣ ਸਿੰਘ, ਕਰਨ ਸਿੰਘ ਆਦਿ ਗੁਰੂ ਕੇ ਲਾਲ ਦਿੱਤੇ। ਆਖਿਆ, ਬੰਦਾ ਸਿੰਘਾ, ਜਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ, ਲੋਕਾਂ ਦਾ ਰਾਜ ਕਾਇਮ ਕਰ, ਜਿੱਥੇ ਕੋਈ ਲੁੱਟ ਘਸੁੱਟ ਨਾ ਹੋਵੇ, ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ, ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ, ਜਿੱਥੇ ਸੱਭੇ ਸਾਂਝੀਵਾਲ ਸਦੈਣ ਤੂੰ ਕਿਸੇ ਨਾ ਦਿਸੈ, ਬਾਰਾ ਜੀ ਐਸਾ ਰਾਜ ਕਾਇਮ ਕਰ। ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖੋ। ਮਹਾਰਾਜ ਕਹਿੰਦੇ, ਸਾਰੀਆਂ ਸ਼ਕਤੀਆਂ ਤੇਰੇ ਨਾਲ ਨੇ। ਮੈਂ ਕਈ ਵਾਰੀ ਸੋਚਦਾ ਹਾਂ, ਉਸ ਵਕਤ ਮੁਗਲ ਰਾਜ ਦੀ ਹਕੂਮਤ ਦੀ ਆਮਦਨ 31,79,750 ਰੁਪਏ ਭਾਈ ਕਾਨ ਸਿੰਘ ਨੇ ਲਿਖੀ, 32,32,00,000 ਜਿਸ ਸਰਕਾਰ ਦਾ ਮਾਮਲਾ ਤਰਦਾ ਹੋਵੇ ਉਹਦੇ ਕੋਲ ਕਿੰਨੀਆਂ ਫੌਜਾਂ ਤੇ ਕਿੰਨੀਆਂ ਤੋਪਾਂ ਹੋਣਗੀਆਂ, ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਤੇ ਮਹਾਰਾਜ ਚਾ ਕਹਿੰਦੇ, ਆਪਣਾ ਆਪ ਸਮਰਪਿਤ ਕਰਨਾ ਪੈਂਦਾ। ਇਤ ਮਾਰਗ ਪੈ ਤਰੀਜੈ ਸਿਰ ਦੀਜੈ ਕਾਣ ਨਕੀਜੈ। ਇਤਿਹਾਸ ਕਹਿੰਦਾ ਵੀ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਜੀ ਆਪ ਸ਼ਾਮਿਲ ਹੋਏ। ਯਾਦ ਰੱਖੋ, 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ, ਪਰ ਇਸ ਦਿਨ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਨੇ ਆਪ ਅੰਮ੍ਰਿਤ ਛਕ ਲਿਆ, ਜਦੋਂ ਵੀ ਕਿਤੇ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੁੰਦਾ, ਮਹਾਰਾਜ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਰਹੇ, ਬਾਅਦ ਵਿੱਚ ਗੁਰੂ ਵਜੋਂ ਵੀ ਸੇਵਾ ਕਰਦੇ ਰਹੇ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਵਿਖਾਇਆ। ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਵੀ ਇਹਦੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਭਗਵਾਨ ਕ੍ਰਿਸ਼ਨ ਨੇ ਕਿਸੇ ਹਿੰਦੂ ਨੂੰ ਨਹੀਂ ਕਿਹਾ, ਭਗਵਾਨ ਰਾਮ ਚੰਦਰ ਜੀ ਨੇ ਕਿਸੇ ਨੂੰ ਨਹੀਂ ਕਿਹਾ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਮੁੰਦਰ ਵਰਗਾ ਦਿਲ ਆਪਣੇ ਹੱਥੀ ਅੰਮ੍ਰਿਤ ਛਕਾਇਆ, ਉਹਨਾਂ ਤੋਂ ਆਪ ਛਕਿਆ। ਤੇ ਜਦੋਂ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹਦੇ ਵਿੱਚ ਰਹੱਸ? ਤੇ ਮਹਾਰਾਜ ਕਹਿੰਦੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਮੈਂ ਇਹਨਾਂ ਵਿੱਚ। ਏਡੀ ਵੱਡੀ ਦਰਿਆਦਲੀ ਕਿਸੇ ਪੈਗੰਬਰ ਨੇ ਵਿਖਾਈ ਨਹੀਂ। ਅੰਮ੍ਰਿਤ ਛਕਾਇਆ, ਇਹਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ। ਪਰ ਯਾਦ ਰੱਖੋ, ਪੰਜਾਬ ਤੋਂ ਬਾਹਰ ਕੁਝ ਐਸੀਆਂ ਜਥੇਬੰਦੀਆਂ ਨੇ, ਫਿਰਕੂ ਤਾਕਤਾਂ, ਜਿਨ੍ਹਾਂ ਦਾ ਰਿਮੋਟ ਕੰਟਰੋਲ ਬਾਲ ਠਾਕਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਹੈ, ਉਹ ਇਹ ਪ੍ਰਚਾਰ ਕਰਦੀਆਂ ਵੀ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ। ਹਿੰਦੀ, ਫਾਰਸੀ, ਉਰਦੂ ਤੇ ਪੰਜਾਬੀ ਤੇ ਅੰਗਰੇਜ਼ੀ ਦੀਆਂ 27 ਕਿਤਾਬਾਂ ਇਹ ਗੱਲ ਦੀ ਗਵਾਹੀ ਭਰਦੀਆਂ ਵੀ ਉਹ ਅੰਮ੍ਰਿਤ ਛਕਿਆ, ਸਿੰਘ ਸਜਿਆ ਤੇ ਬੇਅੰਮ੍ਰਿਤੀ ਇਹਦੇ ਹੱਥ ਮਹਾਰਾਜ ਨਿਸ਼ਾਨ ਨਹੀਂ ਸੀ ਦੇ ਸਕਦੇ, ਮੁੱਕ ਦੀ ਗੱਲ। ਇਹਨੂੰ ਅੰਮ੍ਰਿਤ ਛਕਾਇਆ, ਸਿੰਘ ਸਜਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹਦਾ ਲਹੂ ਫੜਕਿਆ। ਕਹਿੰਦਾ, ਮਹਾਰਾਜ ਉਹ ਕਚਹਿਰੀਆਂ ਢਾ ਦਈਏ ਜਿਨ੍ਹਾਂ ਕਚਹਿਰੀਆਂ ਤੇ ਜ਼ੁਲਮੀ ਫਤਵੇ ਲੱਗਦੇ। ਮਹਾਰਾਜ ਵਜ਼ੀਰ ਖਾਨ ਵਰਗੇ ਜ਼ਾਲਮਾਂ ਨੂੰ ਮਾਰ ਕੇ ਕਿਸੇ ਨਵੇਂ ਰਾਜ ਦੀ ਨਹੀਂ ਰੱਖੀਏ। ਮਹਾਰਾਜ ਕਹਿੰਦੇ, ਡਿਊਟੀ ਤੇ ਇੱਥੋਂ ਲੈ ਲੈਣੇ। ਯਾਦ ਰੱਖੋ, ਵਕਤ ਦਾ ਪੋਲੀਟੀਕਲ ਆਦਮੀ ਮਹਾਰਾਜ ਕੋਲੋਂ ਆਪਣਾ ਫਾਇਦਾ ਲੈ ਕੇ ਮੁੱਕਰ ਗਿਆ ਸੀ। ਪੋਲੀਟੀਕਲ ਲੋਕਾਂ ਦਾ ਧਰਮ ਹੈ, ਜਦੋਂ ਕੁਰਸੀ ਹੇਠ ਨਾ ਹੋਵੇ ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ, ਜਦੋਂ ਉਹਨਾਂ ਕੋਲ ਤਾਕਤ ਹੋਵੇ ਉਹਨਾਂ ਦਾ ਰੰਗ ਹੋਰ ਹੋ ਜਾਂਦਾ। ਮਹਾਰਾਜ ਨੇ ਆਖਿਆ, ਉਹ ਬਹਾਦਰ ਸ਼ਾਹ ਤੂੰ ਮੁੱਕਰ ਗਿਆ ਤੇ ਫਿਰ ਕੀ ਹੋਇਆ? ਜਿਹੜਾ ਕੰਮ ਤੂੰ ਨਹੀਂ ਕਰ ਸਕਿਆ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦਿਆਂਗੇ। ਮਹਾਰਾਜ ਨੇ ਬੰਦਾ ਸਿੰਘ ਨੂੰ ਨਿਸ਼ਾਨ ਦਿੱਤਾ, ਹੁਕਮਨਾਮੇ ਦਿੱਤੇ, ਨਾਲ ਬਾਬਾ ਵਿਨੋਦ ਸਿੰਘ, ਰਣ ਸਿੰਘ, ਕਰਨ ਸਿੰਘ ਆਦਿ ਗੁਰੂ ਕੇ ਲਾਲ ਦਿੱਤੇ। ਆਖਿਆ, ਬੰਦਾ ਸਿੰਘਾ, ਜਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ, ਲੋਕਾਂ ਦਾ ਰਾਜ ਕਾਇਮ ਕਰ, ਜਿੱਥੇ ਕੋਈ ਲੁੱਟ ਘਸੁੱਟ ਨਾ ਹੋਵੇ, ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ, ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ, ਜਿੱਥੇ ਸੱਭੇ ਸਾਂਝੀਵਾਲ ਸਦੈਣ ਤੂੰ ਕਿਸੇ ਨਾ ਦਿਸੈ, ਬਾਰਾ ਜੀ ਐਸਾ ਰਾਜ ਕਾਇਮ ਕਰ। ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖੋ। ਮਹਾਰਾਜ ਕਹਿੰਦੇ, ਸਾਰੀਆਂ ਸ਼ਕਤੀਆਂ ਤੇਰੇ ਨਾਲ ਨੇ। ਮੈਂ ਕਈ ਵਾਰੀ ਸੋਚਦਾ ਹਾਂ, ਉਸ ਵਕਤ ਮੁਗਲ ਰਾਜ ਦੀ ਹਕੂਮਤ ਦੀ ਆਮਦਨ
31,87,750 ਰੁਪਏ ਭਾਈ ਕਾਨ ਸਿੰਘ ਨੇ ਲਿਖੀ ਹੈ। 32 ਕਰੋੜ ਜੇ ਸਰਕਾਰ ਦਾ ਮਾਮਲਾ ਕਰਦਾ ਹੋਵੇ ਉਹਦੇ ਕੋਲ ਕਿੰਨੀਆਂ ਫੌਜਾਂ ਤੇ ਕਿੰਨੀਆਂ ਤੋਪਾਂ ਹੋਣਗੀਆਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਤੇ ਮਹਾਰਾਜ ਨੇ ਬੱਚਾ ਕਹਿੰਦੇ ਆਪਣਾ ਆਪ ਸਮਰਪਿਤ ਕਰਨਾ ਪੈਂਦਾ। ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਕੀਜਾ। ਇਤਿਹਾਸ ਕਹਿੰਦਾ ਵੀ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਆਪ ਸ਼ਾਮਿਲ ਹੋਏ। ਯਾਦ ਰੱਖੋ 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ, ਪਰ ਇਸ ਦਿਨ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਨੇ ਆਪ ਅੰਮ੍ਰਿਤ ਛਕ ਲਿਆ, ਜਦੋਂ ਵੀ ਕਿਤੇ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੁੰਦਾ, ਮਹਾਰਾਜ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਰਹੇ, ਬਾਅਦ ਵਿੱਚ ਗੁਰੂ ਵਜੋਂ ਵੀ ਸੇਵਾ ਕਰਦੇ ਰਹੇ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਵਿਖਾਇਆ। ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਵੀ ਇਹਦੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਭਗਵਾਨ ਕ੍ਰਿਸ਼ਨ ਨੇ ਕਿਸੇ ਹਿੰਦੂ ਨੂੰ ਨਹੀਂ ਕਿਹਾ, ਭਗਵਾਨ ਰਾਮ ਚੰਦਰ ਜੀ ਨੇ ਕਿਸੇ ਨੂੰ ਨਹੀਂ ਕਿਹਾ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਮੁੰਦਰ ਵਰਗਾ ਦਿਲ ਆਪਣੇ ਹੱਥੀ ਅੰਮ੍ਰਿਤ ਛਕਾਇਆ, ਉਹਨਾਂ ਤੋਂ ਆਪ ਛਕਿਆ। ਤੇ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੇ ਵਿੱਚ ਰਸ, ਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਮੈਂ ਇਹਨਾਂ ਵਿੱਚ। ਏਡੀ ਵੱਡੀ ਦਰਿਆਦਲੀ ਕਿਸੇ ਪੈਗੰਬਰ ਨੇ ਵਿਖਾਈ ਨਹੀਂ। ਅੰਮ੍ਰਿਤ ਛਕਾਇਆ, ਇਹਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ। ਪਰ ਯਾਦ ਰੱਖੋ ਪੰਜਾਬ ਤੋਂ ਬਾਹਰ ਕੁਝ ਐਸੀਆਂ ਜਥੇਬੰਦੀਆਂ ਨੇ, ਫਿਰਕੂ ਤਾਕਤਾਂ, ਜਿਨ੍ਹਾਂ ਦਾ ਰਿਮੋਟ ਕੰਟਰੋਲ ਬਾਲ ਠਾਕਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਹੈ, ਉਹ ਇਹ ਪ੍ਰਚਾਰ ਕਰਦੀਆਂ ਵੀ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ। ਹਿੰਦੀ, ਫਾਰਸੀ, ਉਰਦੂ ਤੇ ਪੰਜਾਬੀ ਤੇ ਅੰਗਰੇਜ਼ੀ ਦੀਆਂ 27 ਕਿਤਾਬਾਂ ਇਹ ਗੱਲ ਦੀ ਗਵਾਹੀ ਭਰਦੀਆਂ ਵੀ ਉਹ ਅੰਮ੍ਰਿਤ ਛਕਿਆ ਸਿੰਘ ਸਜਿਆ, ਤੇ ਬੇਅਮ੍ਰਿਤੀ ਇਹਦੇ ਹੱਥ ਮਹਾਰਾਜ ਨਿਸ਼ਾਨ ਨਹੀਂ ਸੀ ਦੇ ਸਕਦੇ ਮੁੱਕ ਦੀ ਗੱਲ। ਇਹਨੂੰ ਅੰਮ੍ਰਿਤ ਛਕਾਇਆ ਸਿੰਘ ਸਜਾਇਆ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹਦਾ ਲਹੂ ਫੜਕਿਆ। ਕਹਿੰਦਾ ਮਹਾਰਾਜ ਉਹ ਕਚਹਿਰੀਆਂ ਢਾ ਦਈਏ ਜਿਨ੍ਹਾਂ ਕਚਹਿਰੀਆਂ ਤੇ ਜ਼ੁਲਮੀ ਫਤਵੇ ਲੱਗਦੇ, ਮਹਾਰਾਜ ਵਜ਼ੀਰ ਖਾਨ ਵਰਗੇ ਜ਼ਾਲਮਾਂ ਨੂੰ ਮਾਰ ਕੇ ਕਿਸੇ ਨਵੇਂ ਰਾਜ ਦੀ ਨਹੀਂ ਰੱਖੀਏ। ਮਹਾਰਾਜ ਕਹਿੰਦੇ ਡਿਊਟੀ ਤੇ ਇੱਥੋਂ ਲੈ ਲੈਣੇ। ਯਾਦ ਰੱਖੋ ਵਕਤ ਦਾ ਪੋਲੀਟੀਕਲ ਆਦਮੀ ਮਹਾਰਾਜ ਕੋਲੋਂ ਆਪਣਾ ਫਾਇਦਾ ਲੈ ਕੇ ਮੁੱਕਰ ਗਿਆ ਸੀ। ਪੋਲੀਟੀਕਲ ਲੋਕਾਂ ਦਾ ਧਰਮ ਹੈ ਜਦੋਂ ਕੁਰਸੀ ਹੇਠ ਨਾ ਹੋਵੇ ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ, ਜਦੋਂ ਉਹਨਾਂ ਕੋਲ ਤਾਕਤ ਹੋਵੇ ਉਹਨਾਂ ਦਾ ਰੰਗ ਹੋਰ ਹੋ ਜਾਂਦਾ। ਮਹਾਰਾਜ ਨੇ ਆਖਿਆ ਉਹ ਬਹਾਦਰ ਸ਼ਾਹ ਤੂੰ ਮੁੱਕਰ ਗਿਆ ਤੇ ਫਿਰ ਕੀ ਹੋਇਆ, ਜਿਹੜਾ ਕੰਮ ਤੂੰ ਨਹੀਂ ਕਰ ਸਕਿਆ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦਿਆਂਗੇ। ਮਹਾਰਾਜ ਨੇ ਬੰਦਾ ਸਿੰਘ ਨੂੰ ਨਿਸ਼ਾਨ ਦਿੱਤਾ, ਹੁਕਮਨਾਮੇ ਦਿੱਤੇ, ਨਾਲ ਬਾਬਾ ਵਿਨੋਦ ਸਿੰਘ, ਰਣ ਸਿੰਘ, ਕਰਨ ਸਿੰਘ ਆਹ ਗੁਰੂ ਕੇ ਲਾਲ ਦਿੱਤੇ। ਆਖਿਆ ਬੰਦਾ ਸਿੰਘਾ ਜਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ, ਲੋਕਾਂ ਦਾ ਰਾਜ ਕਾਇਮ ਕਰ, ਜਿੱਥੇ ਕੋਈ ਲੁੱਟ ਘਸੁੱਟ ਨਾ ਹੋਵੇ, ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ, ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ, ਜਿੱਥੇ ਸੱਭੇ ਸਾਂਝੀ ਵਾਲ ਸਦੈਣ ਤੂੰ ਕਿਸੇ ਨਾ ਦਿਸੈ, ਮਹਾਰਾਜ ਜੀ ਐਸਾ ਰਾਜ ਕਾਇਮ ਕਰ। ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖੋ। ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਤੇਰੇ ਨਾਲ ਨੇ। ਮੈਂ ਕਈ ਵਾਰੀ ਸੋਚਦਾ ਹਾਂ ਉਸ ਵਕਤ ਮੁਗਲ ਰਾਜ ਦੀ ਹਕੂਮਤ ਦੀ ਆਮਦਨ 31,87,750 ਰੁਪਏ ਭਾਈ ਕਾਨ ਸਿੰਘ ਨੇ ਲਿਖੀ ਹੈ। 32 ਕਰੋੜ ਜੇ ਸਰਕਾਰ ਦਾ ਮਾਮਲਾ ਕਰਦਾ ਹੋਵੇ ਉਹਦੇ ਕੋਲ ਕਿੰਨੀਆਂ ਫੌਜਾਂ ਤੇ ਕਿੰਨੀਆਂ ਤੋਪਾਂ ਹੋਣਗੀਆਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਤੇ ਮਹਾਰਾਜ ਨੇ ਬੱਚਾ ਕਹਿੰਦੇ ਆਪਣਾ ਆਪ ਸਮਰਪਿਤ ਕਰਨਾ ਪੈਂਦਾ। ਇਤ ਮਾਰਗ ਪੈਰ ਤਰੀਜਾ ਸਿਰ ਦੀਜਾ ਕਾਣ ਨਕੀਜਾ। ਇਤਿਹਾਸ ਕਹਿੰਦਾ ਵੀ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਆਪ ਸ਼ਾਮਿਲ ਹੋਏ। ਯਾਦ ਰੱਖੋ 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ, ਪਰ ਇਸ ਦਿਨ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਨੇ ਆਪ ਅੰਮ੍ਰਿਤ ਛਕ ਲਿਆ, ਜਦੋਂ ਵੀ ਕਿਤੇ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੁੰਦਾ, ਮਹਾਰਾਜ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਰਹੇ, ਬਾਅਦ ਵਿੱਚ ਗੁਰੂ ਵਜੋਂ ਵੀ ਸੇਵਾ ਕਰਦੇ ਰਹੇ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ
ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਵਿਖਾਇਆ। ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਵੀ ਇਹਦੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਭਗਵਾਨ ਕ੍ਰਿਸ਼ਨ ਨੇ ਕਿਸੇ ਹਿੰਦੂ ਨੂੰ ਨਹੀਂ ਕਿਹਾ, ਭਗਵਾਨ ਰਾਮ ਚੰਦਰ ਜੀ ਨੇ ਕਿਸੇ ਨੂੰ ਨਹੀਂ ਕਿਹਾ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਮੁੰਦਰ ਵਰਗਾ ਦਿਲ ਆਪਣੇ ਹੱਥੀ ਅੰਮ੍ਰਿਤ ਛਕਾਇਆ, ਉਹਨਾਂ ਤੋਂ ਆਪ ਛਕਿਆ। ਤੇ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੇ ਵਿੱਚ ਰਸ, ਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਮੈਂ ਇਹਨਾਂ ਵਿੱਚ। ਏਡੀ ਵੱਡੀ ਦਰਿਆਦਲੀ ਕਿਸੇ ਪੈਗੰਬਰ ਨੇ ਵਿਖਾਈ ਨਹੀਂ। ਅੰਮ੍ਰਿਤ ਛਕਾਇਆ, ਇਹਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ। ਪਰ ਯਾਦ ਰੱਖੋ, ਪੰਜਾਬ ਤੋਂ ਬਾਹਰ ਕੁਝ ਐਸੀਆਂ ਜਥੇਬੰਦੀਆਂ ਨੇ, ਫਿਰਕੂ ਤਾਕਤਾਂ, ਜਿਨ੍ਹਾਂ ਦਾ ਰਿਮੋਟ ਕੰਟਰੋਲ ਬਾਲ ਠਾਕਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਹੈ, ਉਹ ਇਹ ਪ੍ਰਚਾਰ ਕਰਦੀਆਂ ਵੀ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ। ਹਿੰਦੀ, ਫਾਰਸੀ, ਉਰਦੂ ਤੇ ਪੰਜਾਬੀ ਤੇ ਅੰਗਰੇਜ਼ੀ ਦੀਆਂ 27 ਕਿਤਾਬਾਂ ਇਹ ਗੱਲ ਦੀ ਗਵਾਹੀ ਭਰਦੀਆਂ ਵੀ ਉਹ ਅੰਮ੍ਰਿਤ ਛਕਿਆ ਸਿੰਘ ਸਜਿਆ, ਤੇ ਬੇਅਮ੍ਰਿਤੀ ਇਹਦੇ ਹੱਥ ਮਹਾਰਾਜ ਨਿਸ਼ਾਨ ਨਹੀਂ ਸੀ ਦੇ ਸਕਦੇ ਮੁੱਕ ਦੀ ਗੱਲ। ਇਹਨੂੰ ਅੰਮ੍ਰਿਤ ਛਕਾਇਆ ਸਿੰਘ ਸਜਾਇਆ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹਦਾ ਲਹੂ ਫੜਕਿਆ। ਕਹਿੰਦਾ ਮਹਾਰਾਜ ਉਹ ਕਚਹਿਰੀਆਂ ਢਾ ਦਈਏ ਜਿਨ੍ਹਾਂ ਕਚਹਿਰੀਆਂ ਤੇ ਜ਼ੁਲਮੀ ਫਤਵੇ ਲੱਗਦੇ, ਮਹਾਰਾਜ ਵਜ਼ੀਰ ਖਾਨ ਵਰਗੇ ਜ਼ਾਲਮਾਂ ਨੂੰ ਮਾਰ ਕੇ ਕਿਸੇ ਨਵੇਂ ਰਾਜ ਦੀ ਨਹੀਂ ਰੱਖੀਏ। ਮਹਾਰਾਜ ਕਹਿੰਦੇ ਡਿਊਟੀ ਤੇ ਇੱਥੋਂ ਲੈ ਲੈਣੇ। ਯਾਦ ਰੱਖੋ, ਵਕਤ ਦਾ ਪੋਲੀਟੀਕਲ ਆਦਮੀ ਮਹਾਰਾਜ ਕੋਲੋਂ ਆਪਣਾ ਫਾਇਦਾ ਲੈ ਕੇ ਮੁੱਕਰ ਗਿਆ ਸੀ। ਪੋਲੀਟੀਕਲ ਲੋਕਾਂ ਦਾ ਧਰਮ ਹੈ, ਜਦੋਂ ਕੁਰਸੀ ਹੇਠ ਨਾ ਹੋਵੇ ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ, ਜਦੋਂ ਉਹਨਾਂ ਕੋਲ ਤਾਕਤ ਹੋਵੇ ਉਹਨਾਂ ਦਾ ਰੰਗ ਹੋਰ ਹੋ ਜਾਂਦਾ। ਮਹਾਰਾਜ ਨੇ ਆਖਿਆ ਉਹ ਬਹਾਦਰ ਸ਼ਾਹ ਤੂੰ ਮੁੱਕਰ ਗਿਆ ਤੇ ਫਿਰ ਕੀ ਹੋਇਆ, ਜਿਹੜਾ ਕੰਮ ਤੂੰ ਨਹੀਂ ਕਰ ਸਕਿਆ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦਿਆਂਗੇ। ਮਹਾਰਾਜ ਨੇ ਬੰਦਾ ਸਿੰਘ ਨੂੰ ਨਿਸ਼ਾਨ ਦਿੱਤਾ, ਹੁਕਮਨਾਮੇ ਦਿੱਤੇ, ਨਾਲ ਬਾਬਾ ਵਿਨੋਦ ਸਿੰਘ, ਰਣ ਸਿੰਘ, ਕਰਨ ਸਿੰਘ ਆਦਿ ਗੁਰੂ ਕੇ ਲਾਲ ਦਿੱਤੇ। ਆਖਿਆ ਬੰਦਾ ਸਿੰਘਾ ਜਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ, ਲੋਕਾਂ ਦਾ ਰਾਜ ਕਾਇਮ ਕਰ, ਜਿੱਥੇ ਕੋਈ ਲੁੱਟ ਘਸੁੱਟ ਨਾ ਹੋਵੇ, ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ, ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ, ਜਿੱਥੇ ਸੱਭੇ ਸਾਂਝੀਵਾਲ ਸਦੈਣ ਤੂੰ ਕਿਸੇ ਨਾ ਦਿਸੈ, ਬਾਰਾ ਜੀ ਐਸਾ ਰਾਜ ਕਾਇਮ ਕਰ। ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖੋ। ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਤੇਰੇ ਨਾਲ ਨੇ। ਮੈਂ ਕਈ ਵਾਰੀ ਸੋਚਦਾ ਹਾਂ ਉਸ ਵਕਤ ਮੁਗਲ ਰਾਜ ਦੀ ਹਕੂਮਤ ਦੀ ਆਮਦਨ 31,79,750 ਰੁਪਏ ਭਾਈ ਕਾਨ ਸਿੰਘ ਨੇ ਲਿਖੀ ਹੈ, 32,32,00,000 ਜੇ ਸਰਕਾਰ ਦਾ ਮਾਮਲਾ ਤਰਦਾ ਹੋਵੇ ਉਹਦੇ ਕੋਲ ਕਿੰਨੀਆਂ ਫੌਜਾਂ ਤੇ ਕਿੰਨੀਆਂ ਤੋਪਾਂ ਹੋਣਗੀਆਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਤੇ ਮਹਾਰਾਜ ਨੇ ਬੱਚਾ ਕਹਿੰਦੇ ਆਪਣਾ ਆਪ ਸਮਰਪਿਤ ਕਰਨਾ ਪੈਂਦਾ, ਇਤ ਮਾਰਗ ਪਾਇਆ ਧਰੀਜਾ ਸਿਰ ਦੀਜਾ ਕਾਣ ਨਕੀਜਾ। ਇਤਿਹਾਸ ਕਹਿੰਦਾ ਵੀ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਜੀ ਆਪ ਸ਼ਾਮਲ ਹੋਏ। ਯਾਦ ਰੱਖੋ, 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ, ਪਰ ਇਸ ਦਿਨ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਨੇ ਆਪ ਅੰਮ੍ਰਿਤ ਛਕ ਲਿਆ, ਜਦੋਂ ਵੀ ਕਿਤੇ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੁੰਦਾ, ਮਹਾਰਾਜ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਲ ਹੁੰਦੇ ਰਹੇ, ਬਾਅਦ ਵਿੱਚ ਗੁਰੂ ਵਜੋਂ ਵੀ ਸੇਵਾ ਕਰਦੇ ਰਹੇ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਵਿਖਾਇਆ। ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਵੀ ਇਹਦੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਭਗਵਾਨ ਕ੍ਰਿਸ਼ਨ ਨੇ ਕਿਸੇ ਹਿੰਦੂ ਨੂੰ ਨਹੀਂ ਕਿਹਾ, ਭਗਵਾਨ ਰਾਮ ਚੰਦਰ ਜੀ ਨੇ ਕਿਸੇ ਨੂੰ ਨਹੀਂ ਕਿਹਾ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਮੁੰਦਰ ਵਰਗਾ ਦਿਲ ਆਪਣੇ ਹੱਥੀ ਅੰਮ੍ਰਿਤ ਛਕਾਇਆ, ਉਹਨਾਂ ਤੋਂ ਆਪ ਛਕਿਆ। ਤੇ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੇ ਵਿੱਚ ਰਸ, ਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਮੈਂ ਇਹਨਾਂ ਵਿੱਚ। ਏਡੀ ਵੱਡੀ ਦਰਿਆਦਲੀ ਕਿਸੇ ਪੈਗੰਬਰ ਨੇ ਵਿਖਾਈ ਨਹੀਂ। ਅੰਮ੍ਰਿਤ ਛਕਾਇਆ, ਇਹਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ। ਪਰ ਯਾਦ ਰੱਖੋ, ਪੰਜਾਬ ਤੋਂ ਬਾਹਰ ਕੁਝ ਐਸੀਆਂ ਜਥੇਬੰਦੀਆਂ ਨੇ, ਫਿਰਕੂ ਤਾਕਤਾਂ, ਜਿਨ੍ਹਾਂ ਦਾ ਰਿਮੋਟ ਕੰਟਰੋਲ ਬਾਲ ਠਾਕਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਹੈ, ਉਹ ਇਹ ਪ੍ਰਚਾਰ ਕਰਦੀਆਂ ਵੀ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ। ਹਿੰਦੀ, ਫਾਰਸੀ, ਉਰਦੂ ਤੇ ਪੰਜਾਬੀ ਤੇ ਅੰਗਰੇਜ਼ੀ ਦੀਆਂ 27 ਕਿਤਾਬਾਂ
ਇਹ ਗੱਲ ਦੀ ਗਵਾਹੀ ਭਰਦੀ ਆ ਵੀ ਉਹ ਅੰਮ੍ਰਿਤ ਛਕਿਆ ਸਿੰਘ ਸਜਿਆ ਤੇ ਬੇਅਮ੍ਰਿਤੀ ਇਹਦੇ ਹੱਥ ਮਹਾਰਾਜ ਨਿਸ਼ਾਨ ਨਹੀਂ ਸੀ ਦੇ ਸਕਦੇ ਮੁੱਕ ਦੀ ਗੱਲ ਇਹਨੂੰ ਅੰਮ੍ਰਿਤ ਛਕਾਇਆ ਸਿੰਘ ਸਜਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹਦਾ ਲਹੂ ਫੜਕਿਆ ਕਹਿੰਦਾ ਮਹਾਰਾਜ ਉਹ ਕਚਹਿਰੀਆਂ ਢਾ ਦਈਏ ਜਿਨ੍ਹਾਂ ਕਚਹਿਰੀਆਂ ਤੇ ਜ਼ੁਲਮੀ ਫਤਵੇ ਲੱਗਦੇ ਮਹਾਰਾਜ ਵਜ਼ੀਰ ਖਾਨ ਵਰਗੇ ਜ਼ਾਲਮਾਂ ਨੂੰ ਮਾਰ ਕੇ ਕਿਸੇ ਨਵੇਂ ਰਾਜ ਦੀ ਨਹੀਂ ਰੱਖੀਏ ਮਹਾਰਾਜ ਕਹਿੰਦੇ ਡਿਊਟੀ ਤੇ ਇੱਥੋਂ ਲੈ ਲੈਣੇ ਯਾਦ ਰੱਖੋ ਵਕਤ ਦਾ ਪੋਲੀਟੀਕਲ ਆਦਮੀ ਮਹਾਰਾਜ ਕੋਲੋਂ ਆਪਣਾ ਫਾਇਦਾ ਲੈ ਕੇ ਮੁੱਕਰ ਗਿਆ ਸੀ ਪੋਲੀਟੀਕਲ ਲੋਕਾਂ ਦਾ ਧਰਮ ਹੈ ਜਦੋਂ ਕੁਰਸੀ ਹੇਠ ਨਾ ਹੋਵੇ ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ ਹੈ ਜਦੋਂ ਉਹਨਾਂ ਕੋਲ ਤਾਕਤ ਹੋਵੇ ਉਹਨਾਂ ਦਾ ਰੰਗ ਹੋਰ ਹੋ ਜਾਂਦਾ ਹੈ ਮਹਾਰਾਜ ਨੇ ਆਖਿਆ ਉਹ ਬਹਾਦਰ ਸ਼ਾਹ ਤੂੰ ਮੁੱਕਰ ਗਿਆ ਤੇ ਫਿਰ ਕੀ ਹੋਇਆ ਜਿਹੜਾ ਕੰਮ ਤੂੰ ਨਹੀਂ ਕਰ ਸਕਿਆ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦਿਆਂਗੇ ਮਹਾਰਾਜ ਨੇ ਬੰਦਾ ਸਿੰਘ ਨੂੰ ਨਿਸ਼ਾਨ ਦਿੱਤਾ ਹੁਕਮਨਾਮੇ ਦਿੱਤੇ ਨਾਲ ਬਾਬਾ ਵਿਨੋਦ ਸਿੰਘ ਰਣ ਸਿੰਘ ਕਾਂਡ ਸਿੰਘ ਆਦਿ ਗੁਰੂ ਕੇ ਲਾਲ ਦਿੱਤੇ ਆਖਿਆ ਬੰਦਾ ਸਿੰਘਾ ਜਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ ਲੋਕਾਂ ਦਾ ਰਾਜ ਕਾਇਮ ਕਰ ਜਿੱਥੇ ਕੋਈ ਲੁੱਟ ਘਸੁੱਟ ਨਾ ਹੋਵੇ ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ ਜਿੱਥੇ ਸੱਭੇ ਸਾਂਝੀਵਾਲ ਸਦਾਇਣ ਤੂੰ ਕਿਸੇ ਨਾ ਦਿਸੈ ਬਾਰਾ ਜੀ ਐਸਾ ਰਾਜ ਕਾਇਮ ਕਰ ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖੋ ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਤੇਰੇ ਨਾਲ ਨੇ ਮੈਂ ਕਈ ਵਾਰੀ ਸੋਚਦਾ ਹਾਂ ਉਸ ਵਕਤ ਮੁਗਲ ਰਾਜ ਦੀ ਹਕੂਮਤ ਦੀ ਆਮਦਨ 31,79,750 ਰੁਪਏ ਭਾਈ ਕਾਨ ਸਿੰਘ ਨੇ ਲਿਖੀ ਹੈ 32,35,00,000 ਜਿਸ ਸਰਕਾਰ ਦਾ ਮਾਮਲਾ ਕਰਦਾ ਹੋਵੇ ਉਹਦੇ ਕੋਲ ਕਿੰਨੀਆਂ ਫੌਜਾਂ ਤੇ ਕਿੰਨੀਆਂ ਤੋਪਾਂ ਹੋਣਗੀਆਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਤੇ ਮਹਾਰਾਜ ਨੇ ਬੱਚਾ ਕਹਿੰਦੇ ਆਪਣਾ ਆਪ ਸਮਰਪਿਤ ਕਰਨਾ ਪੈਂਦਾ ਇਤ ਮਾਰਗ ਪੈ ਤਰੀਜੈ ਸਿਰ ਦੀਜੈ ਕਾਣ ਨਕੀਜੈ ਇਤਿਹਾਸ ਕਹਿੰਦਾ ਵੀ ਪੰਜਾਂ ਪਿਆਰਿਆਂ ਵਿੱਚ ਮਹਾਰਾਜ ਜੀ ਆਮ ਸ਼ਾਮਲ ਹੋ ਆਪ ਸ਼ਾਮਲ ਹੋ ਯਾਦ ਰੱਖੋ 30 ਮਾਰਚ 1699 ਦੀ ਵਿਸਾਖੀ ਤੋਂ ਪਹਿਲਾਂ ਚਰਨ ਪੌਲ ਚੱਲਦੀ ਰਹੀ ਪਰ ਇਸ ਦਿਨ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਨੇ ਆਪ ਅੰਮ੍ਰਿਤ ਛਕ ਲਿਆ ਜਦੋਂ ਵੀ ਕਿਤੇ ਗੁਰੂ ਕੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣਾ ਹੁੰਦਾ ਮਹਾਰਾਜ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਲ ਹੁੰਦੇ ਰਹੇ ਬਾਅਦ ਵਿੱਚ ਗੁਰੂ ਵਜੋਂ ਵੀ ਸੇਵਾ ਕਰਦੇ ਰਹੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਵਿਖਾਇਆ ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਨੇ ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਵੀ ਇਹਦੇ ਦਰਸ਼ਨ ਕਰ ਲਿਓ ਮੇਰੇ ਦਰਸ਼ਨ ਹੋਣਗੇ ਭਗਵਾਨ ਕ੍ਰਿਸ਼ਨ ਨੇ ਕਿਸੇ ਹਿੰਦੂ ਨੂੰ ਨਹੀਂ ਕਿਹਾ ਭਗਵਾਨ ਰਾਮ ਚੰਦਰ ਜੀ ਨੇ ਕਿਸੇ ਨੂੰ ਨਹੀਂ ਕਿਹਾ ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਮੁੰਦਰ ਵਰਗਾ ਦਿਲ ਆਪਣੇ ਹੱਥੀ ਅੰਮ੍ਰਿਤ ਛਕਾਇਆ ਉਹਨਾਂ ਤੋਂ ਆਪ ਛਕਿਆ ਤੇ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੇ ਵਿੱਚ ਰਸ ਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਮੈਂ ਇਹਨਾਂ ਵਿੱਚ ਏਡੀ ਵੱਡੀ ਦਰਿਆਦਲੀ ਕਿਸੇ ਪੈਗੰਬਰ ਨੇ ਵਿਖਾਈ ਨਹੀਂ ਅੰਮ੍ਰਿਤ ਛਕਾਇਆ ਇਹਦਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ ਪਰ ਯਾਦ ਰੱਖੋ ਪੰਜਾਬ ਤੋਂ ਬਾਹਰ ਕੁਝ ਐਸੀਆਂ ਜਥੇਬੰਦੀਆਂ ਨੇ ਫਿਰਕੂ ਤਾਕਤਾਂ ਜਿਨ੍ਹਾਂ ਦਾ ਰਿਮੋਟ ਕੰਟਰੋਲ ਬਾਲ ਠਾਕਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਹੈ ਉਹ ਇਹ ਪ੍ਰਚਾਰ ਕਰਦੀਆਂ ਵੀ ਉਹਨੇ ਅੰਮ੍ਰਿਤ ਛਕਿਆ ਹੀ ਨਹੀਂ ਹਿੰਦੀ ਫਾਰਸੀ ਉਰਦੂ ਤੇ ਪੰਜਾਬੀ ਤੇ ਅੰਗਰੇਜ਼ੀ ਦੀਆਂ 27 ਕਿਤਾਬਾਂ ਇਹ ਗੱਲ ਦੀ ਗਵਾਹੀ ਭਰਦੀਆਂ ਵੀ ਉਹ ਅੰਮ੍ਰਿਤ ਛਕਿਆ ਸਿੰਘ ਸਜਿਆ ਤੇ ਬੇਅਮ੍ਰਿਤੀ ਇਹਦੇ ਹੱਥ ਮਹਾਰਾਜ ਨਿਸ਼ਾਨ ਨਹੀਂ ਸੀ ਦੇ ਸਕਦੇ ਮੁੱਕ ਦੀ ਗੱਲ ਇਹਨੂੰ ਅੰਮ੍ਰਿਤ ਛਕਾਇਆ ਸਿੰਘ ਸਜਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਗੱਲ ਸੁਣ ਕੇ ਇਹਦਾ ਲਹੂ ਫੜਕਿਆ ਕਹਿੰਦਾ ਮਹਾਰਾਜ ਉਹ ਕਚਹਿਰੀਆਂ ਢਾ ਦਈਏ ਜਿਨ੍ਹਾਂ ਕਚਹਿਰੀਆਂ ਤੇ ਜ਼ੁਲਮੀ ਫਤਵੇ ਲੱਗਦੇ ਮਹਾਰਾਜ ਵਜ਼ੀਰ ਖਾਨ ਵਰਗੇ ਜ਼ਾਲਮਾਂ ਨੂੰ ਮਾਰ ਕੇ ਕਿਸੇ ਨਵੇਂ ਰਾਜ ਦੀ ਨਹੀਂ ਰੱਖੀਏ ਮਹਾਰਾਜ ਕਹਿੰਦੇ ਡਿਊਟੀ ਤੇ ਇੱਥੋਂ ਲੈ ਲੈਣੇ ਯਾਦ ਰੱਖੋ ਵਕਤ ਦਾ ਪੋਲੀਟੀਕਲ ਆਦਮੀ ਮਹਾਰਾਜ ਕੋਲੋਂ ਆਪਣਾ ਫਾਇਦਾ ਲੈ ਕੇ ਮੁੱਕਰ ਗਿਆ ਸੀ ਪੋਲੀਟੀਕਲ ਲੋਕਾਂ ਦਾ ਧਰਮ ਹੈ ਜਦੋਂ ਕੁਰਸੀ ਹੇਠ ਨਾ ਹੋਵੇ ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ ਹੈ ਜਦੋਂ ਉਹਨਾਂ ਕੋਲ ਤਾਕਤ ਹੋਵੇ ਉਹਨਾਂ ਦਾ ਰੰਗ ਹੋਰ ਹੋ ਜਾਂਦਾ ਹੈ ਮਹਾਰਾਜ ਨੇ ਆਖਿਆ ਉਹ ਬਹਾਦਰ ਸ਼ਾਹ ਤੂੰ ਮੁੱਕਰ ਗਿਆ ਤੇ ਫਿਰ ਕੀ ਹੋਇਆ ਜਿਹੜਾ ਕੰਮ ਤੂੰ ਨਹੀਂ ਕਰ ਸਕਿਆ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦਿਆਂਗੇ ਮਹਾਰਾਜ ਨੇ ਬੰਦਾ ਸਿੰਘ ਨੂੰ ਨਿਸ਼ਾਨ ਦਿੱਤਾ ਹੁਕਮਨਾਮੇ ਦਿੱਤੇ ਨਾਲ ਬਾਬਾ ਵਿਨੋਦ ਸਿੰਘ ਰਣ ਸਿੰਘ ਕਾਂਡ ਸਿੰਘ ਆਦਿ ਗੁਰੂ ਕੇ ਲਾਲ ਦਿੱਤੇ ਆਖਿਆ ਬੰਦਾ ਸਿੰਘਾ ਜਾ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ ਲੋਕ
ਲੋਕਾਂ ਦਾ ਰਾਜ ਕਾਇਮ ਕਰ ਜਿੱਥੇ ਕੋਈ ਲੁੱਟ ਘਸੁੱਟ ਨਾ ਹੋਵੇ, ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ, ਜਿੱਥੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ, ਜਿੱਥੇ ਸੱਭੇ ਸਾਂਝੀ ਵਾਲ ਸਦੈਣ ਤੂੰ ਕਿਸੇ ਨਾ ਦਿਸੈ ਬਾਰਾ ਜੀ, ਐਸਾ ਰਾਜ ਕਾਇਮ ਕਰ। ਮਹਾਰਾਜ ਮੇਰੇ ਮੋਢੇ ਤੇ ਹੱਥ ਰੱਖੋ। ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਤੇਰੇ ਨਾਲ ਨੇ। ਮੈਂ ਕਈ ਵਾਰੀ ਸੋਚਦਾ ਹਾਂ ਉਸ ਵਕਤ ਮੁਗਲ ਰਾਜ ਦੀ ਹਕੂਮਤ ਦੀ ਆਮਦਨ 31,79,750 ਰੁਪਏ ਭਾਈ ਕਾਨ ਸਿੰਘ ਨੇ ਲਿਖੀ ਹੈ, ਪੌਣੇ